ਸਾਡੇ ਅਗਲੇ ਦਿਨ ਦੀ ਸ਼ੁਰੂਆਤ ਹੋ ਚੁੱਕੀ ਆ ਅਤੇ ਬਾਹਰ ਧੁੰਦ ਬਹੁਤ ਆ। ਔਲ ਟਾਈਮ ਸਾਡਾ 7 ਵਜੇ ਦਾ ਅਤੇ ਅਸੀਂ ਗਰਮ ਗਰਮ 6 ਵਜੇ ਦਾ ਸੀਗਾ ਲੇਕਿਨ ਧੁੰਦ ਕਰਕੇ ਜੀ ਥੋੜ੍ਹਾ ਜਿਹਾ ਲੇਟ ਆ ਅਤੇ 7 ਵਜੇ ਪਹੁੰਚਾਂ ਔਨ ਸੈਟ ਅਤੇ ਗਰਮ ਗਰਮ ਚਾਹ ਅਤੇ ਨਾਲ ਜਿਹੜੀ ਜੀ ਬਰਫੀ। ਮੇਰੇ ਨਾਲ ਸੰਜੀਵ ਭਾਅ ਜੀ ਕੈਟਰਿੰਗ ਹੈੱਡ, ਮੋਨੂ ਆਰਟ ਡਾਇਰੈਕਟਰ, ਟੀਮ ਚੋਂ ਆਰਟ ਡਾਇਰੈਕਟਰ ਮਜੂਦ ਮਾਨ, ਗਗਨਦੀਪ ਅਸਿਸਟੈਂਟ ਆਰਟ ਡਾਇਰੈਕਟਰ, ਅਤੇ ਉਹਨਾਂ ਦੀ ਚਾਹ ਪੀ ਕੇ ਗਰਮ ਗਰਮ ਜਾਵਾਂਗੇ ਸੈੱਟ 'ਤੇ। ਸਾਡਾ ਸੋਨੂ ਵੇਲ ਵੀ ਪਹੁੰਚ ਚੁੱਕਿਆ ਟਾਈਮ 'ਤੇ, 6:30 ਦਾ ਟਾਈਮ ਦਿੱਤਾ ਸੀ, ਪੂਰੇ ਟਾਈਮ 'ਤੇ ਪਹੁੰਚ ਚੁੱਕਿਆ ਕਿ ਲੇਟ ਹੋ ਗਿਆ? ਲੇਟ ਹੋ ਗਿਆ ਬਈ 15 ਮਿੰਟ, 15 ਮਿੰਟ ਲੇਟ ਨੇ ਨਾ, 6:15 ਦਾ ਆਇਆ, 6:15 ਦਾ ਆਇਆ, ਤੁਸੀਂ ਲੇਟ ਉੱਤੇ ਉੱਤਰੋ। ਨਹੀਂ ਅਸੀਂ ਤਾਂ ਪਹਿਲਾਂ ਤਾਂ ਉੱਤਰੇ ਹੋਏ ਕਿ ਸਾਡੀ ਗੱਡੀ ਅੱਜ ਫਿਰ ਨਹੀਂ ਸਟਾਰਟ ਹੋਈ, ਬੈਟਰੀ ਪਵਾਉਂਦਾ ਨਹੀਂ ਬਾਪੂ, ਅਤੇ ਸਟਾਰਟ ਕੀਤੀ ਆ। ਅਤੇ ਬਾਕੀ ਸਾਡਾ ਗੋਰਾ ਵੀਰ ਬੈਠਾ, ਚਾਹ ਬਹੁਤ ਸਵਾਦ ਹੁੰਦੀ ਹੈ ਇਹਦੀ, ਸਵੇਰੇ ਚਾਹ ਪੀ ਕੇ ਨਿਕਲਦੇ ਬਾਈ ਸ਼ਿਵਾਲਿਕ ਬਿਜਲੀ ਗਈ ਬਿਜਲੀ। ਥੈਂਕ ਯੂ ਵੀਰੇ, ਬਾਈ ਸਾਡਾ ਬਹੁਤ ਖਿਆਲ ਰੱਖਦਾ ਸਾਡੀ ਟੀਮ ਦਾ ਸਾਰੀ ਦਾ, ਅਤੇ ਕੱਲ੍ਹ ਸਾਡੇ ਸੈੱਟ 'ਤੇ ਵੀ ਆਇਆ, ਕੱਲ੍ਹ ਫਿਲਮ 'ਚ ਵੀ ਕੰਮ ਕੀਤਾ ਬਾਈ ਨੇ, ਅਤੇ ਜਲਦੀ ਤੁਸੀਂ ਨਾਨਕਾ ਮੇਲ ਮੂਵੀ 'ਚ ਦੇਖੋਗੇ ਵੀਰ ਨੂੰ। ਸੋ ਹੁਣ ਚੱਲਦੇ ਹਾਂ ਸੈੱਟ 'ਤੇ। ਹਾਂਜੀ, ਗੁੱਡ ਮਾਰਨਿੰਗ ਸਾਰਿਆਂ ਨੂੰ। ਨੈਕਸਟ ਡੇ ਸਾਡਾ ਸਟਾਰਟ ਹੋ ਚੁੱਕਿਆ ਅਤੇ ਕੱਲ੍ਹ ਅਸੀਂ ਰਾਤ 3 ਵਜੇ ਫ੍ਰੀ ਹੋਏ ਹਾਂ ਅਤੇ 3 ਵਜੇ ਜਾ ਕੇ ਅਸੀਂ ਸੁੱਤੇ ਹਾਂ, 2-3 ਘੰਟੇ ਇਹਨੇ ਨੀਂਦ ਪੂਰੀ ਕਰਕੇ, ਅਤੇ ਹੁਣ ਅਸੀਂ ਦੁਬਾਰਾ ਨਿਕਲ ਚੁੱਕੇ ਹਾਂ ਸੈੱਟ 'ਤੇ। 9 ਵੱਜ ਚੁੱਕੇ ਆ ਅਤੇ ਯੂਨਿਟ ਸਾਡਾ ਰੈਡੀ ਆ, ਅਤੇ ਅੱਜ ਲੋਕੇਸ਼ਨ ਥੋੜ੍ਹੀ ਜਿਹੀ ਚੇਂਜ ਆ, ਪਿੰਡ ਦੇ ਦੂਜੀ ਗਲੀ 'ਚ ਸ਼ੂਟ ਚੱਲੂਗਾ, ਪਿੰਡ ਜਿੱਥੇ ਸਾਡੀ ਫਿਲਮ ਨਾਨਕਾ ਮੇਲ ਦਾ ਸ਼ੂਟ ਚੱਲ ਰਿਹਾ ਜੀ, ਸਾਰੀ ਮੂਵੀ ਇਸ ਪਿੰਡ ਦੇ ਵਿੱਚ ਬਣੀ ਹੈ। ਲੱਕੀ ਤੇਰਾ ਕੰਮ ਰੈਡੀ ਆ ਸਾਰਾ? ਮੈਂ ਆਪ ਰੈਡੀ ਹਾਂ। ਕੰਮ ਕੀ ਫਟਾਫਟ ਸਾਡੀ ਡਰੈਸ ਟੀਮ ਲੱਗੀ ਹੋਈ ਆ ਸਵੇਰੇ ਸਵੇਰੇ ਭਟੂਰੇ ਖਾਣ। ਆਹ ਸਾਡੇ ਸਤੀਸ਼ ਭਾਅ ਜੀ, ਸੰਜੇ ਸੰਜੇ ਨੇ ਖਾ ਲਿਆ ਲੱਗਦਾ ਸਵੇਰੇ ਸਵੇਰੇ ਭਟੂਰੇ ਭਟੂਰੇ ਫਿਰ ਨਹੀਂ ਕਰਦੇ। ਆਹ ਸਾਡੀ ਕੈਟਰਿੰਗ ਟੀਮ ਲੱਗੀ ਹੋਈ ਆ ਭਟੂਰੇ ਨੂੰ, ਗਰਮ ਗਰਮ ਛੋਲੇ, ਗਰਮ ਗਰਮ ਭਟੂਰੇ ਨਾਲ ਚਟਨੀ, ਲਾਈਨ 'ਚ ਲੱਗੇ ਹੋਏ ਆ ਬੰਦੇ।